ਬਣਾਉਂਦੀ ਉਹ ਮਾਂ ਦੀ ਵੀਡੀਓ ਬਣਾਉਂਦੇ ਉਹ ਤੈਨੂੰ ਕੋ ਹਯਾ ਹੈ ਕਿ ਨਹੀਂ ਹੋਏ ਉਹ ਕੋਈ ਕੰਮ ਸਿੱਧਾ ਵੀ ਕਰ ਲੈਂਦੇ ਕੋਈ ਕੰਮ ਸਿੱਧਾ ਕਰ ਲੈਂਦੇ ਕੀ ਨਹੀਂ ਨਹੀਂ ਮੇਰਾ ਬੱਚਾ ਸਾਇੰਸਦਾਨ ਹੈ ਛੱਡੋ ਇਹਨਾਂ ਗੱਲਾਂ ਨੂੰ ਇਹ ਦੱਸੋ ਗੁੱਡੀ ਦਾ ਕੀ ਕਰਨਾ ਜੇ ਸ਼ਰਮਾ ਗਈ ਸ਼ਰਮ ਵਾਲੀ ਸੀ ਤੇ ਸ਼ਰਮਾ ਗਈ ਤੂੰ ਤੇ ਪਿਛਰਮ ਹੈ ਤੇ ਤੂੰ ਨਹੀਂ ਬੁੱਢੀ ਕੋਲ ਬੈਠਾ ਰਹਿੰਦਾ ਦੇਖ ਲਿਆ ਜਾਂ ਗੱਲਾਂ ਕਰਨੀਆਂ ਆਉਂਦੀਆਂ ਜਾਂ ਰੋਟੀ ਖਾਣੀ ਆਉਂਦੀ ਤੇ ਤੂੰ ਨਹੀਂ ਰੋਟੀ ਖਾਂਦਾ ਤੈਨੂੰ ਨਹੀਂ ਲੱਗਦੀ ਤੇ ਅਸੀਂ ਕੀ ਕਰੀਏ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ ਕਦੀ ਕਿਹਾ ਤੂੰ ਅੱਬਾ ਕੇ ਟੂਟੀ ਵੇਖ ਲਿਆ ਲੋਕਾਂ ਦੇ ਬੱਚੇ ਕੋਈ ਡੀਸੀ ਲੱਗਾ ਕੋਈ ਏਸੀ ਲੱਗਾ ਮੇਰਾ ਬੱਚਾ 24 ਘੰਟੇ ਕੰਧ ਨਾ ਲੱਗਾ ਤੇ ਏਸੀ ਕੰਧ ਨਾਲ ਹੀ ਲੱਗਾ ਹੁੰਦਾ ਤੂੰ ਉਹ ਏਸੀ ਹੈ ਜਿਹਦਾ ਸਾਨੂੰ ਸੇਕ ਆਉਂਦਾ ਤੇ ਪੁੱਠਾ ਲੱਗ ਗਿਆ ਤੇ ਮੰਜੀ ਚੁੱਕ ਕੇ ਪਿੱਛੇ ਲੈ ਜਾ ਚੱਲ ਦਿਖਾ ਜਾ ਮੈਂ ਕਹਿੰਦਾ ਦਿਖਾ ਜਾ ਘਰ ਚੋਂ ਸ਼ਰਮ ਨਹੀਂ ਆਉਂਦੀ ਇਹਨੂੰ ਏਡੀ ਮੈਂ ਸਿਫਾਰਿਸ਼ ਦੇ ਨਾਲ ਇਹਨੂੰ ਮੌਤ ਦੇ ਖੂਹ ਤੇ ਲਵਾਇਆ ਮੈਂ ਕਿਹਾ ਚਲੋ ਮੋਟਰਸਾਈਕਲ ਸੋਹਣਾ ਚਲਾਉਂਦਾ ਕੋਈ ਦਿਹਾੜੀ ਲਾ ਲਿਆ ਹੈਗਾ ਪਹਿਲੇ ਸ਼ੋਅ 'ਚ ਹੀ ਰੇਸ ਦੇ ਕੇ ਮੋਟਰਸਾਈਕਲ ਉੱਤੋਂ ਦੀ ਕੱਢ ਲਿਆ ਚੱਲ ਦਿਖਾਓ ਕਿਉਂ ਵੇ ਤੇ ਮੇਰਾ ਕੀ ਕਸੂਰ ਹੈ ਕਿਉਂ ਉਹ ਤੇ ਇੱਕ ਪਤਲਾ ਜਿਹਾ ਖੁਸ਼ ਰੱਖ ਲੋਤਾ ਆਇਆ ਸੀ ਮੈਂ ਸਮਝਿਆ ਬਾਬੂ ਛਮ ਨਾ ਕੇ ਤੰਗ ਆ ਗਿਆ ਮੈਂ ਇਸ ਬੱਚੇ ਤੋਂ ਮੇਰੀ ਗੱਲ ਸੁਣਨਾ ਸੀ ਮੈਂ ਸਾਰੀ ਜ਼ਿੰਦਗੀ ਤੇਰੀਆਂ ਗੱਲਾਂ ਮੰਨੀਆਂ ਅਤੇ ਮੈਂ ਮੰਨਦਿਆਂ ਰਹਿਣਾ ਪਰ ਅੱਜ ਮੇਰੀ ਇਹ ਗੱਲ ਮੰਨ ਜਾ ਅੱਲਾ ਦਾ ਵਾਸਤਾ ਹੀ ਉਹ ਮੇਰੀ ਧੀ ਦੀ ਸ਼ਾਦੀ ਕੌੜੇ ਨਾਲ ਕਰ ਮੁਰਦਾ ਬੋਲੇ ਤਾਂ ਕਫਨ ਪਾੜ ਕੇ ਬੋਲੇ ਉਹ ਸਾਲ ਚੋ 6 ਮਹੀਨੇ ਜੇਲ੍ਹ ਦੇ ਅੰਦਰ ਰਹਿੰਦਾ 6 ਮਹੀਨੇ ਦੇ ਬਾਹਰ ਰਹਿੰਦਾ ਕਿ ਨਹੀਂ 6 ਮਹੀਨੇ ਬੜੇ ਹੁੰਦੇ ਨਹੀਂ ਇਸ ਦੌਰ ਦੇ ਵਿੱਚ ਦਾਲ ਰੋਟੀ ਤੇ ਆਪਣੀ ਕਮਾਉਂਦਾ ਕਿ ਨਹੀਂ ਸਿਰਫ ਦਾਲ ਹੀ ਕਮਾਉਂਦਾ ਇਸ ਦੌਰ ਤੈਨੂੰ ਹਯਾ ਨਹੀਂ ਆਉਂਦੀ ਉਹ ਤੈਨੂੰ ਪਤਾ ਨਹੀਂ ਕਿਸੇ ਦੇ ਘਰ ਕਿਵੇਂ ਜਾਈਦਾ ਉਹ ਮਾਸਟਰ ਜੀ ਸਗੋਂ ਮੈਨੂੰ ਪੁੱਛੋ ਕਿ ਪੁੱਤਰ ਡਰਿਆ ਤੇ ਨਹੀਂ ਇੱਧਰ ਆਵੇ ਨਾ ਮੈਂ ਕੀ ਕਿਹਾ ਜੇ ਇੱਥੇ ਬਹਿ ਜਰਾ ਓਏ ਤੇਰੇ ਕੋਲ 11 ਮਹੀਨੇ ਮੈਂ ਮੁੰਡਾ ਪਾਇਆ ਉਹ ਤੂੰ ਕੀ ਕੰਮ ਸਿਖਾਇਆ 11 ਮਹੀਨੇ ਮੇਰੇ ਕੋਲ ਪਾਇਆ ਨਾ 2 ਮਹੀਨੇ ਆਪਣੇ ਕੋਲ ਬਹੁਤ ਤੁਹਾਨੂੰ ਪਤਾ ਲੱਗ ਜਾ ਮੁੰਡਾ ਕੀ ਜੰਮਿਆ ਤੂੰ ਐਡੇ ਮੂੰਹ ਵਾਲਾ ਬੱਚਾ ਜੰਮਿਆ ਮੂੰਹ ਹੀ ਮੂੰਹ ਹੈ ਅਕਲ ਹੈ ਹੀ ਨਹੀਂ ਉਹਨੂੰ ਤੈਨੂੰ ਉਹਦਾ ਕੀ ਕਹਿੰਦਾ ਮੂੰਹ ਤੈਨੂੰ ਕੀ ਕਹਿੰਦਾ ਜਦੋਂ ਦਾ ਮੇਰੀ ਵਰਕਸ਼ਾਪ ਆਇਆ ਸਾਰੇ ਗਾਹਕ ਮੇਰੇ ਦੁੜਾ ਛੱਡੇ ਨੇ ਤੇਰੇ ਗਾਹਕ ਕਿੱਧਰ ਦੌੜ ਗਏ ਉਹ ਜਿਹੜਾ ਗੱਡੀ ਲੈ ਕੇ ਆਉਂਦਾ ਉਹਨੂੰ ਕਹਿੰਦਾ ਜੀ ਨਾਲ ਦੀ ਵਰਕਸ਼ਾਪ 'ਚ ਲੈ ਜਾਓ ਮੇਰਾ ਉਸਤਾਦ ਤੇਲ ਪੀਂਦਾ ਹੈ ਪਿਸਤ ਕਰਵਾ ਛੱਡਿਆ ਐਡਾ ਵੱਡਾ ਮੂੰਹ ਹੈ ਗੱਡੀ ਦਾ ਟਾਇਰ ਖੋਲਣਾ ਹੋਵੇ ਤੇ ਚੈੱਕ ਨਹੀਂ ਲਾਉਣਾ ਪੈਂਦਾ ਉਹਨੂੰ ਥੱਲੇ ਵਾੜਨਾ ਹੋਵੇ ਤੇ ਮੂੰਹ ਨੰਘਾਉਣ ਲਈ ਚੈੱਕ ਲਾਉਣਾ ਪੈਂਦਾ ਇੰਜ ਕਰਕੇ ਇਹ ਨਹੀਂ ਨਹੀਂ ਠੋਡੀ ਫਸ ਜਾਂਦੀ ਉਹਦੀ ਬੰਪਰ 'ਚ ਸੁਣ ਲਈ ਜੀ ਆਪਣੇ ਬੱਚੇ ਦੀ ਸਲਾਨਾ ਰਿਪੋਰਟ ਅਕਲ ਦਾ ਹੀ ਘਾਟਾ ਸਾਰਾ ਉਹਨੂੰ ਮੈਂ ਕਿਹਾ ਸਲੰਸਰ ਕੱਸ ਤੇ ਪਿੱਛੋਂ ਖੋਲ ਕੇ ਡਰਾਈਵਰ ਨਾਲ ਕੱਸ ਆਇਆ ਉਹ ਮੈਂ ਕਿਹਾ ਸਲੰਸਰ ਪਿੱਛੇ ਹੁੰਦਾ ਕਹਿੰਦਾ ਜੀ ਤੁਹਾਨੂੰ ਕੀ ਪਤਾ ਉਹਨਾਂ ਨੇ ਇੱਧਰ ਜਾਣਾ ਕਿ ਇੱਧਰ ਜਾਣਾ ਸੁਣ ਲਿਆ ਦਫਾ ਕਰੋ ਇਹਨੂੰ ਤੁਸੀਂ ਆ ਦੱਸੋ ਸ਼ੇਖਾਂ ਵੱਲ ਗਏ ਸੋ ਕੀ ਬਣਿਆ ਜੇ ਇਹੋ ਹੀ ਮਜ਼ਾਈਆ ਗੱਲ ਹੈ ਵੀ ਸ਼ੇਖਾਂ ਜਾ ਕੇ ਕਦੀ ਕਿਸੇ ਦਾ ਕੁਛ ਬਣੇ ਸ਼ੇਖਾਂ ਦੇ ਘਰ ਉਧਾਰ ਲੈਣਗੇ ਅੱਛਾ ਬੂਹੇ ਦੇ ਉੱਤੇ ਐਸਾ ਮੰਦਰ ਵੇਖਿਆ ਉਧਾਰ ਮੰਗਣ ਦਾ ਹੌਸਲੇ ਨਹੀਂ ਪਿਆ ਓਏ ਕੀ ਵੇਖ ਆਇਆ ਜਨਾਬ ਸ਼ੇਖਾਂ ਦੇ ਬੂਹੇ ਤੇ ਆਇਆ ਫਕੀਰ ਅੱਛਾ ਕਹਿੰਦਾ ਜੀ ਅੱਲਾ ਦੇ ਨਾਂ ਤੇ ਮੈਨੂੰ ਕੁਛ ਦਿਓ ਅੰਦਰੋਂ ਸਾਈਕਲ ਕੱਢ ਕੇ ਉਹਨੂੰ ਝੂਟੇ ਦੇਣ ਲੱਗ ਪਿਆ ਸਹੀ ਆਖਦੇ ਨੇ ਮਾਸੀ ਸ਼ੇਖ ਸਾਹਿਬ ਹੁੰਦੇ ਇੱਕ ਨਿਊਸ ਨੇ ਇੱਕ ਸ਼ੇਖ ਰੋਜ਼ਿਆਂ 'ਚ ਰੋਜ਼ਿਆਂ ਦੇ ਕੈਲੰਡਰ ਵੰਡਣ ਡਿਆ ਕੈਲੰਡਰ ਵੰਡਣ 'ਚ ਵੀ ਇੱਕ ਨਿਊਸ
ਸੀ ਉਹ ਕਿਵੇਂ ਮੈਂ ਕਿਹਾ ਇੱਕ ਸ਼ੇਖ ਸਾਹਿਬ ਇੱਕ ਕੈਲੰਡਰ ਮੈਨੂੰ ਦੇ ਦਿਓ ਕਹਿੰਦੇ ਅੱਜ ਰੋਜ਼ਾ ਕਿਨਵਾ ਮੈਂ ਕਿਹਾ ਦਸਵਾਂ ਕਹਿੰਦੇ ਤੇਰਾ ਜ਼ਿਹਨ ਐਡਾ ਅੱਛਾ ਤੂੰ ਕੈਲੰਡਰ ਕੀ ਕਰਨਾ ਬਈ ਵੰਡਣ ਵਾਸਤੇ ਛਪਾਏ ਨੇ ਵੰਡੋ ਵਿੱਚੋਂ ਕਿਹੜੇ ਪਾਸੇ ਚਲਾ ਜਾਵਾਂ ਫਕੀਰ ਆਇਆ ਮੰਗਣ ਵਾਸਤੇ ਕਹਿੰਦਾ ਜੀ ਅੱਲਾ ਦੇ ਨਾਂ ਦੇ ਸ਼ੇਖ ਸਾਹਿਬ 10 ਰੁਪਏ ਦਿਓ ਅੱਲਾ ਤੁਹਾਨੂੰ 20 ਦੇਗਾ ਕਹਿੰਦਾ ਪਹਿਲਾਂ ਉਹਦੇ ਕੋਲ 20 ਲੈ ਲਾ 10 ਤੂੰ ਰੱਖੀ 10 ਮੈਂ ਇੰਨਾ ਇਤਬਾਰ ਨਹੀਂ ਉਹਨੂੰ ਮਾਸੀ ਮੈਂ ਤੇ ਆਪ ਸੋਚਿਆ ਮਿਸਤਰੀਆਂ ਦਾ ਕੰਮ ਛੱਡ ਕੇ ਨਾ ਆਇਚਰਾ ਮਾਰਕੀਟ ਨਹੀਂ ਉੱਥੇ ਤਾਜ ਫੈਬਰਿਕਸ ਵਾਲੇ ਬਹੁਤ ਤਾਜ ਸਿਲਕ ਵਾਲੇ ਉਹਨਾਂ ਕੋਲ ਮੈਂ ਨੌਕਰੀ ਕਰ ਲੈਣੀ ਹੈ ਦਿਹਾੜੀ ਚੰਗੀ ਮਿਲੇਗੀ ਵੈਸੇ ਜਿਹੜਾ ਰੌਲਾ ਮਾਸੀ ਨੇ ਸੁਣਿਆ ਫੀਕੇ ਨੂੰ ਵਾਕਈ ਅਮਰੀਕਾ ਭੇਜਣ ਲੱਗੀ ਨਾ ਤੇਰੇ ਢਿੱਡ 'ਚ ਕਿਉਂ ਸੂਲ ਉੱਠਣ ਡਿਆ ਮਾਸੀ ਉਹ ਅਮਰੀਕਾ ਨਹੀਂ ਜਾ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਉਹ ਇਸ ਕਾਲ ਵੇਲਾ ਹੋਏਗਾ ਤਾਂ ਕਿਸੇ ਪਾਸੇ ਜਾਏਗਾ ਨਾ ਤੇ ਕਿਹੜੀ ਨਾ ਮੁਰਾਦ ਹੈ ਜਿਹੜੀ ਮੇਰੇ ਪੁੱਤਰ ਨੂੰ ਪੁੱਠੀਆਂ ਪੱਟੀਆਂ ਪੜਾ ਰਹੀ ਹੈ ਉਹ ਨਹੀਂ ਚਾਚਾ ਟਾਈਮ ਦੀ ਕੁੜੀ ਉਹ ਨਾ ਫੀਕੇ ਨੂੰ ਗੰਢੇਰੀਆਂ ਮਾਰਦੀ ਸਿਰੇ 'ਚ ਜਿੱਥੇ ਮਰਜ਼ੀ ਵਜੇ ਗੰਢੇਰੀ ਦੀ ਮਰਜ਼ੀ ਫੇਰ ਕੀ ਸਾਡੇ ਮਾਲਕ ਦੀ ਉੱਤੇ ਜਿਹੜੇ ਰਹਿੰਦੇ ਇਹਨਾਂ ਦੀ ਕੁੜੀ ਜਿਹੜੀ ਲਾਜ ਉਹ ਵੀ ਨਾ ਫੀਕੇ ਨੂੰ ਨਾ ਰੋੜੇ ਦੇ ਉੱਤੇ ਰੁੱਕ ਕੇ ਲਪੇਟ ਕੇ ਮਾਰਦੀ ਵੇ ਮੇਰਾ ਭੋਲਾ ਪੁੱਤਰ ਭੋਲਾ ਨਹੀਂ ਉਹ ਸਾਰੇ ਰੁੱਕੇ ਇਕੱਠੇ ਕਰਕੇ ਰੱਦੀ ਵਾਲੇ ਨੂੰ ਵੇਚ ਆਉਂਦਾ ਹੀ ਹਾਂਜੀ ਉੱਤੇ ਜਿਹੜੇ ਸ਼ੇਰ ਲਿਖੇ ਹੁੰਦੇ ਕਹਿੰਦਾ ਮੈਂ ਲਿਖੇ ਨੇ ਮੈਂ ਮਿਰਜ਼ਾ ਤਾਲਬ ਹਾਂ ਮੈਂ ਦੁਆ ਕਰ ਮੇਰਾ ਫੀਕਾ ਛੇਤੀ ਛੇਤੀ ਅਮਰੀਕਾ ਟੁਰ ਜਾਏ ਮਾਸੀ ਫੀਕਾ ਇੱਕ ਮਿੰਟ ਚ ਅਮਰੀਕਾ ਜਾ ਸਕਦਾ ਹੀ ਕਿਵੇਂ ਕਿਵੇਂ ਇਹਨੂੰ ਬੋਰੀ ਚ ਪਾ ਕੇ ਬਿਲਡਿੰਗ ਕਰਾ ਦੇ ਤੇ ਬੋਰੀ ਤੇ ਸਾਮਾ ਲਿਖਦੇ ਬੁਸ਼ ਨੇ ਆਪੇ ਛਡਾ ਲੈਣਾ ਉਹ ਮੈਂ ਤਾਂ ਤਰਕੀਬ ਦਿੱਤੀ ਮਿੱਟੀ ਮਾਰਨੇ ਮਾਸੀ ਇਹਨੂੰ ਉੱਥੇ ਮਾਂ ਚ ਤਾਂ ਪਾਣੀ ਨਾ ਲੱਭੇ ਉੱਥੇ ਹੀ ਮਾਰਨ ਦੀ ਇੱਥੇ ਕਿਹੜਾ ਨਲਕਾ ਲੱਗਾ ਤਮਾਮ ਨਾ ਮੁਰਾਦ ਆ ਗਈ ਸਾਰੇ ਸ਼ਹਿਰ ਦੇ ਤੋਤੇ ਰਗੜ ਗਏ ਜਵਾਨ ਕੀ ਹੋ ਗਿਆ ਹਰ ਕੁੜੀ ਮੇਰੇ ਪਿੱਛੇ ਮੇਰੇ ਹੀ ਪਿੱਛੇ ਅਸੀਂ ਹੁਣ ਵਰਕਸ਼ਾਪ ਚ ਨਾ ਜਾਈਏ ਇਹੀ ਕੰਮ ਰਹਿ ਗਿਆ ਹੈ ਨਾ ਜਾਹਲ ਆਦਮੀ ਇਹ ਲਾਈਨਿੰਗ ਵਾਲਾ ਚੈੱਕ ਹੈ ਲਾਈਨਿੰਗ
ਪੂਤਨੀ ਦੇ ਨੂੰ ਉਰਦੂ ਵਿੱਚ ਕੀ ਕਹਿੰਦੇ ਨੇ? ਪੂਤਨੀ ਕਾ ਪੂਤਨੀ ਕੇ ਹੋ ਤੂੰ? ਆ ਵੇਖ ਕਿੱਡੀ ਟ੍ਰਾਂਸਲੇਟਰ ਰੱਖੀ ਨਾਲ। ਠੀਕ ਹੈ ਨਾ, ਮੈਂ ਫੀਕੇ ਦੇ ਨਾਲ ਆ। ਪੰਜਾਬੀ ਚ ਕਹਿ ਲੈ ਚ ਬਹੁਤਾ ਵਜ਼ਨ ਹੁੰਦਾ ਹੈ। ਲੜਾਈ ਉਰਦੂ ਵਿੱਚ ਹੋ ਰਹੀ ਹੈ ਤੇ ਪੂਤਨੀ ਕਿਉਂ ਪੰਜਾਬੀ ਚ ਆ? ਉਰਦੂ ਚ ਲੜਾਈ ਤੂੰ ਕੀ ਹਲੀਮ ਵਾਲੇ ਨਾਲ ਲੜਨ ਡਿਆ? ਹਲੀਮ ਵਾਲੇ ਨਹੀਂ ਲੜਨ ਡਿਆ, ਤੇ ਹਲੀਮ ਵਾਲੇ ਚਮਚੇ ਨਾਲ ਤੇ ਲੜਨ ਡਿਆ। ਲੜਨ ਡਿਆ ਏਡਾ ਵੱਡਾ ਮੂੰਹ ਲੈ ਕੇ ਵਰਕਸ਼ਾਪ ਚ ਬਹਿ ਜਾਂਦਾ, ਗਾਹਕ ਬਾਹਰੋਂ ਵੇਖ ਕੇ ਮੁੜ ਜਾਂਦਾ, ਰਸ਼ ਬਹੁਤ ਅੱਗੇ ਚੱਲਨੇ ਆ। ਤੇ ਆਪਣਾ ਮੂੰਹ ਵੇਖ ਵਰਕਸ਼ਾਪ ਵਿੱਚ ਬੈਠਾ ਹੋਵੇ, ਗਾਹਕ ਕਹਿੰਦਾ ਓਏ ਮਿਸਤਰੀ ਬਿਮਾਰ ਆ। ਮਿਸਤਰੀ ਬਿਮਾਰ ਏ, ਅਕਲ ਦਾ ਘਾਟਾ ਇਹਨੂੰ। ਇਹਨੂੰ ਮੈਂ ਕਿਹਾ ਇੰਜਣ ਖੋਲ, ਗੱਡੀ ਦੀ ਡਿੱਗੀ ਖੋਲ ਕੇ ਕਹਿੰਦਾ ਉਸਤਾਦ ਜੀ ਇੰਜਣ ਚੋਰੀ ਹੋ ਗਿਆ। ਤੇ ਵਿੱਚ ਹੈ ਹੀ ਨਹੀਂ ਸੀ, ਤੇ ਫੇਰ ਹੈ ਹੀ ਨਹੀਂ ਸੀ, ਇੰਜਣ ਅੱਗੇ ਹੁੰਦਾ ਕਿ ਪਿੱਛੇ ਹੁੰਦਾ ਹੀ ਆ? ਅੱਗੇ ਹੁੰਦਾ ਤੇ ਫਿਰ ਗੱਡੀ ਪੁੱਠੀ ਕਰਕੇ ਖਿਲਾ। ਤੁਹਾਨੂੰ ਨਹੀਂ ਪਤਾ ਸ਼ਗਿਰਦ ਗੱਡੀ ਵੱਲ ਜਾ ਰਹੀ, ਗੱਡੀ ਪੁੱਠੀ ਖਿਲਾ ਰਹੀ ਹੈ, ਆਪ ਨਹੀਂ ਉੱਤੋਂ ਦੀ ਆ ਸਕਦਾ। ਮੈਨੂੰ ਚਿਫੇਰਾ ਪਵਾ ਲਾ, ਗੱਡੀ ਨਾ ਪੁੱਠੀ ਕਰ। ਤੁਹਾਡੇ ਪਿਓ ਦਾ ਸ਼ਗਿਰਦ ਲੱਗਾ ਹੋਇਆ। ਇਹਦਾ ਨਾਮ ਮੁਰਾਦ ਹੈ, ਆਪ ਰੋਜ਼ ਵਰਕਸ਼ਾਪ 'ਚ ਲੇਟ ਆਉਂਦਾ। ਇੱਕ ਦਿਨ ਮੈਂ ਲੇਟ ਆਇਆ ਤੇ ਮੈਨੂੰ ਕੁੱਟਣ ਲੱਗ ਪਿਆ। ਤੇ ਸਹੀ ਗੱਲ ਹੈ, ਟਾਈਮ 'ਤੇ ਨਹੀਂ ਆਓਗੇ ਤੇ ਕੰਮ ਕਿਵੇਂ ਸਿੱਖੋਗੇ? ਹੁਣ ਸ਼ਗਿਰਦਾਂ ਨੇ ਕੋਈ ਘੋਲ ਕੇ ਤੇ ਨਹੀਂ ਨਾ ਪਿਆਣਾ? ਇਹ ਤੇ ਆਪਣੀ ਮਿਹਨਤ 'ਚ ਕਰਨੀ ਪੈ। ਧੋਣ ਤੇ ਸਿੱਧੀ ਰੱਖ, ਤੇਰਾ ਲੋਡ ਘੱਟ ਹੋਇਆ। ਬਦਤਮੀਜ਼ ਆਦਮੀ, ਏਡਾ ਬੇਵਕੂਫ ਹੈ, ਮਾਰਕੀਟ 'ਚ ਪਾਈ ਆਇਆ ਲੋਹਾ ਖਰੀਦਣ, ਕਬਾੜੀਆ ਆ ਕੇ ਕਹਿੰਦਾ ਲੋਹਾ ਵੇਚ, ਲਾਂਤੀ ਨੇ ਸਾਰੇ ਹਜ਼ਾਰ ਵੇਚਤੇ। ਤੇ ਲੋਹੇ ਦੇ ਹੀ ਹੁੰਦੇ ਨੇ, ਹੋਰ ਪਲਾਸਟਿਕ ਦੇ ਹੁੰਦੇ, ਪਲਾਸਟਿਕ ਦੇ ਹੁੰਦੇ ਨੇ। ਇੱਕ ਤੇਰੇ ਨਾਲ ਮਾਰਾ ਚਾ, ਮੈਨੂੰ ਡਰ ਹੈ ਅੱਗੋਂ ਆਪ ਕੁੱਟਣ ਲੱਗ ਪੈਂਦਾ ਹੈ। ਬਦਤਮੀਜ਼ ਜਿਹਾ ਨਾ ਹੋਵੇ, ਇਹ ਮਸੂਮ ਹੈ। ਮਸੂਮਾਂ ਦੇ ਏਡੇ ਏਡੇ ਮੂੰਹ ਹੁੰਦੇ ਨੇ, ਤੇ ਹੋਰ ਏਡੇ ਏਡੇ ਹੁੰਦੇ ਨੇ। ਏਡਾ ਵੱਡਾ, ਏਡਾ ਮੂੰਹ ਮੈਂ ਸ਼ੇਪ ਕਰਾਉਣ ਗਿਆ, ਨਾਈ ਅੱਧੀ ਸ਼ੇਪ ਕਰਕੇ ਬਹਿ ਗਿਆ। ਮੈਂ ਕਿਹਾ ਜਨਾਬ ਕੀ ਹੋਇਆ? ਕਹਿੰਦਾ ਭਾਈ ਸਾਹਿਬ ਉਸ ਤਰ੍ਹਾਂ ਗਰਮ ਹੋ ਗਿਆ। ਜੇਬ ਕਰਾਉਣ ਗਿਆ ਨਾਈ, ਉਸ ਤਰ੍ਹਾਂ ਰੱਖ ਕੇ ਫੇਰ ਚੁੱਕ ਲਵੇ, ਫੇਰ ਰੱਖ ਕੇ ਫੇਰ ਚੁੱਕ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਸ ਤਰ੍ਹਾਂ ਦਾ ਹਾਸਾ ਨਿਕਲ ਜਾਂਦਾ। ਏਡੀ ਜਿਹੜੀ ਮਜ਼ਾਇਆ ਸ਼ੇਵ ਕਰਨ ਡਿਆ ਸੀ, ਹੈਨਾ, ਤੇ ਤੂੰ ਜਿਹੜੀ ਏਡੀ ਕਰਨ ਡਿਆ ਹੋਇਆ ਗਰਮ ਸ਼ੇਵ। ਏਡਾ ਵੱਡਾ ਮੂੰਹ, ਇਹਦੇ ਦੰਦ ਅੰਦਰ ਖੁੱਲੇ ਡੁੱਲੇ ਫਿਰਦੇ ਹੁੰਦੇ, ਇਹਦਾ ਏਡਾ ਨਿੱਕਾ ਮੂੰਹ, ਇਹਦੇ ਦੰਦ ਆਪਸ 'ਚ ਗੱਲਾਂ ਕਰਦੇ ਨੇ। ਉਹ ਯਾਰ ਨਾਲੂ ਕਿੱਥੇ ਅਗਲੇ ਕਹਿੰਦੇ ਉਸ ਵਰਕਸ਼ਾਪ 'ਚ ਚੱਲ ਜਿੱਥੇ ਉਸਤਾਦ ਦੇ ਕੰਨ ਫੜਾਏ ਹੁੰਦੇ।
ਦੇ ਕੰਨ ਫਾਟਾ ਹੈ ਇਹਨੇ ਕੰਨ ਫੜੇ ਹੁਣ ਤੇ ਲੱਗਦਾ ਚਿੜੀ ਬਾਰੇ ਸੇ ਚ ਨਾ ਰਹੀ ਚਿੜੀ ਨਾਉਣ ਲਈ ਮਾਰਕੀਟ ਚ ਕਿਸੇ ਦੀ ਚੋਰੀ ਹੋ ਗਈ ਉਹ ਅਗਲੇ ਚੱਲੇ ਪਰਚਾ ਕਰਾਉਣ ਕਹਿੰਦੇ ਜੀ ਪਰਚਾ ਬਾਅਦ ਚ ਕਰਾਉਣਾ ਪਹਿਲਾਂ ਮੇਰੇ ਉਸਤਾਦ ਦੀ ਤਲਾਸ਼ੀ ਲੈ ਲਓ ਤੇ ਫਿਰ ਜਦੋਂ ਉਹਨਾਂ ਤਲਾਸ਼ੀ ਲਈ ਸੀ ਤੇ ਤੇਰੀਆਂ ਜੇਬਾਂ ਚੋਂ ਗੈਸਕਿਟ ਨਹੀਂ ਹੀ ਨਿਕਲੀ ਆਈ ਸਹੀ ਅੱਜ ਆ ਜਾਈ ਮੈਂ ਆ ਰਿਹਾ ਮੈਂ ਉਹ ਲੈਣਾ ਸੀ ਨਾ ਉੱਥੋਂ ਉੱਥੇ ਹੀ ਰਹੀ ਉੱਥੇ ਹੀ ਮੈਂ ਆ ਸੀ ਜੀ ਮੋਟ ਮੈਨੂੰ ਕੰਡੇਰੀਆਂ ਕਿਉਂ ਮਾਰਨੀ ਹੋਰ ਤੇ ਨੂੰ ਇੱਡੋ ਮਾਰਾ ਮੈਨੂੰ ਕਦ ਨਾਮ ਕਰਨਾ ਹਾਏ ਹਾਏ ਵੇਖੋ ਤੇ ਸ਼ਹਿਜ਼ਾਦਾ ਸਲੀਮ ਤੇ ਸ਼ਹਿਜ਼ਾਦਾ ਸਲੀਮ ਘੱਟ ਕਦ ਨਾਮ ਸੀ ਅਨਾਰ ਕਲੀ ਨਾਲ ਉਹਦਾ ਚੱਕਰ ਚੱਲਦਾ ਸੀ ਤੇ ਚਾਚੇ ਅਕਬਰ ਨੇ ਦੋਵਾਂ ਨੂੰ ਜੁੱਤੀਆਂ ਮਾਰੀਆਂ ਚਾਚਾ ਅਕਬਰ ਉਦੋਂ ਬੁੱਲ ਵੱਡਾ ਵਾਲਦਾਰ ਸੀ ਸ਼ੁਕਰ ਕਰ ਮੈਂ ਤੈਨੂੰ ਪਿਆਰ ਕਰਨੀ ਆ ਸ਼ੁਕਰ ਕਰ ਪਿਆਰ ਕਰਨੀ ਤੇ ਸਕਾਤ ਕੱਢ ਲਈ ਇਹ ਪਾਗਲਾ ਤੇ ਨਾ ਵਿਆਹ ਕਰਨਾ ਚਾਹਨੀ ਆ ਮੈਂ ਨਹੀਂ ਵਿਆਹ ਕਰਾਂ ਕਿਆ ਉਹ ਮੇਰਾ ਹਾਸਾ ਨਿਕਲ ਜਾਏ ਮੈਂ ਸੁਣੇ ਮਾਸੀ ਤੇ ਨੂੰ ਅੰਦਰੋਂ ਅੰਦਰ ਅਮਰੀਕਾ ਭੇਜ ਰਹੀ ਹੈ ਸਾਨੂੰ ਮਾਸੀ ਭਾਵੇਂ ਛੇਹੂ ਪੂਰੇ ਭੇਜ ਦੇਵੇ ਅਸੀਂ ਤੇ ਜਾ ਲਈਏ ਲੋ ਮੈਂ ਸੋਚ ਰਿਹਾ ਮੈਂ ਅਮਰੀਕਾ ਇੰਨੀ ਦੂਰ ਕੱਲਾ ਕਿਵੇਂ ਜਾਵਾਂਗਾ ਲੈ ਕੱਲਾ ਜ਼ਰੂਰ ਜਾਣਾ ਨਾ ਜਲੂਸ ਲਈ ਸ਼ਾਬਾਸ਼ ਅੱਗੇ ਚਾਚੇ ਪੁੱਛ ਨੂੰ ਗੁੱਸਾ ਚੜਿਆ ਮੈਨੂੰ ਕੁੱਟ ਪਵਾਂਗੀ ਲੈ ਗਿਆ ਉੱਥੇ ਜਾ ਕੇ ਆਪਣੀ ਛੇਮੋ ਨੂੰ ਭੁੱਲਦੇ ਨਹੀਂ ਜਾਏਗਾ ਆਪਣੇ ਆਪ ਯਾਦ ਰਿਹਾ ਤੇ ਤੈਨੂੰ ਵੀ ਯਾਦ ਰੱਖਾਂ ਤਾਂ ਜੀ ਗੱਲ ਸਰ ਮੈਂ ਸਮਝ ਗਿਆ ਤੇਰੇ ਪੈਰ ਦਾ ਲੰਬਨ ਕੀ ਹੈ ਕੁਝ ਹੋਰ ਕਹਿਣਾ ਕੀ ਇਹ ਪੱਲੇ 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 ਸਰੇ ਆ ਵੀ ਲਾਸੀਨ ਹੋ ਰਹੇ ਨੇ ਹਾਏ ਤੂੰ ਬੜੇ ਰਕੀਨ ਕੱਪੜੇ ਪਾਏ ਨੇ ਖੈਰ ਹੈ ਲਾਜ ਤੈਨੂੰ ਕਿੱਲੀਆਂ ਨਹੀਂ ਕਿਹਾ ਹੈ ਕਿਉਂ ਤੂੰ ਨਾ ਆਵਾ ਕਰਾਂ ਤੂੰ ਸਨ ਲੱਗੀ ਵੇਖ ਲਈਏ ਜਾਣਦੀ ਆ ਮੈਂ ਤੈਨੂੰ ਵੀ ਕਰ ਪੁਰਖਾ ਪਾ ਕੇ ਨਿਕਲੀਏ ਤੇ ਗਲੀ ਦੇ ਮੋੜ ਤੇ ਮੈਂ ਕਾਹ ਚੁੱਕ ਦੇਣੀ ਹੈ ਉਹ ਮੈਂ ਵੀ ਚੋਰ ਲੈਣ ਨੂੰ ਜਰਾਬਾਂ ਪਾ ਕੇ ਸੌਂਦੀ ਹੂੰ ਕਿਉਂ ਇਹ ਲੰਦੀਆਂ ਨਜ਼ਾਈਆਂ ਛੋਟੀਆਂ ਨੇ ਪੈਰਾਂ ਨੂੰ ਠੰਡ ਲੱਗਦੀ ਸ਼ਹਿਜ਼ਾਦੀਏ ਪਹਿਲੇ ਦੱਸ
ਅੱਜ ਤੇਰਾ ਮੂਡ ਕਿਵੇਂ ਠੱਪੇ ਹੋਇਆ ਹੈ? ਕੁਝ ਪੈਸਿਆਂ ਦੀ ਲੋੜ ਹੈ ਤੇ ਸਾਨੂੰ ਦੱਸ, ਦੁਕਾਨ ਤੇ ਸਾਰਾ ਦਿਨ ਇਸੇ ਕੰਮ ਵਾਸਤੇ ਲੋਕਾਂ ਨੇ ਛਿੱਲ ਲਾਈ ਦੀ ਹੈ। ਤਮੀਜ਼ ਨਾਲ ਗੱਲ ਕਰ ਲੰਗੜਿਆ। ਲੋ ਹੁਣ ਸਾਨੂੰ ਤਮੀਜ਼ਾਂ ਦੱਸਣ ਲੱਗ ਪਈ ਏ। ਦੁਕਾਨ ਤੇ ਆ ਕੇ ਮਾਵਾਂ ਧੀਆਂ ਬੜੇ ਦੰਦ ਕੱਢ ਕੇ ਉਧਾਰ ਮੰਗਦੀਆਂ, ਜੇ ਅਸੀਂ ਹੁਣ ਘਰ ਆ ਗਏ ਤੇ ਸਾਨੂੰ ਤਮੀਜ਼ਾਂ ਦੱਸਣ ਲੱਗ ਪਈ ਏ। ਪੈਸੇ ਆਣਗੇ ਤੇ ਤੈਨੂੰ ਵੀ ਮਿਲ ਜਾਣਗੇ। ਆ ਪੈਸਿਆਂ ਨੂੰ ਗੋਲੀ ਮਾਰ, ਸਾਨੂੰ ਤੂੰ ਐਡਾ ਠੰਡਾ ਆਸ਼ਿਕ ਸਮਝਿਆ ਹੋਇਆ। ਨਿਕਲ ਜਾ। ਪਰ ਮੇਰੇ ਪੈਸੇ ਨਾਲ ਕੀ ਬਣੇਗਾ? ਤੈਨੂੰ ਪੈਸੇ ਪੈਸਿਆਂ ਦਾ ਕੀ ਬਣੇਗਾ? ਹੌਸਲਾ ਕਰੋ ਮਾਸਟਰ ਜੀ, ਤੁਸੀਂ ਆਪੇ ਤਾਂ ਸਾਨੂੰ ਸਬਕ ਪੜ੍ਹਾਇਆ ਸੀ। ਸਰਮਾਇਆਦਾਰਾਂ ਦਾ ਨਿਜ਼ਾਮ ਇਹ, ਸਰਮਾਇਆਦਾਰ ਗਰੀਬਾਂ ਦੀ ਇੱਜ਼ਤ ਪੈਸੇ ਦੇ ਮੁੱਲ ਖਰੀਦ ਲੈਂਦੇ। ਇਹ ਤਾਂ ਕੋਈ ਗੱਲ ਨਾ ਹੋਈ ਮਾਸਟਰ ਜੀ, ਸਾਨੂੰ ਰਾਹ ਪਾ ਕੇ ਆਪ ਮੂੰਹ ਉਧਰ ਕਰ ਲਿਆ ਜੀ। ਫੀਕੇ ਨੂੰ ਬੁਲਾਓ ਜੀ, ਫੀਕੇ ਨੂੰ ਬੁਲਾਓ। ਹੁਣ ਫੀਕਾ ਅਮਰੀਕਾ ਜਾਏਗਾ। ਇਸ ਘਰ ਚ ਦੌਲਤ ਆਈ ਏ, ਹੁਣ ਇੱਥੇ ਬੜੇ ਰੌਲੇ ਪੈਣੇ। ਉਹ ਕਿੱਦਾਂ? ਉਹ ਬਜ਼ੁਰਗਾਂ ਦੀ ਗੱਲ ਨਹੀਂ ਤੂੰ ਸੁਣੀ? ਕੀ ਸਿਆਣੇ ਕਹਿੰਦੇ ਨੇ ਵੀ ਬਾਂਦਰ ਹੱਥ ਮਾਚਸ ਤੇ ਗਰੀਬ ਹੱਥ ਦੌਲਤ ਆ ਜੇ ਤੇ ਦੋਵੇਂ ਆਪਣੇ ਪਾਸੇ ਸਾੜ ਲੈਂਦੇ ਨੇ। ਸਹੀ ਗੱਲ ਹੈ, ਤੇਰੇ ਕੋਲ ਮਾਚਸ ਤਾਂ ਨਹੀਂ ਨਾ ਹੈਗੀ, ਤੇਰੇ ਕੋਲ ਦੌਲਤ ਨਹੀਂ ਨਾ ਹੈਗੀ। ਨਹੀਂ, ਬਸ ਦੋਵੇਂ ਬੱਚੇ ਰੱਖਾਂਗੇ ਫਿਰ। ਚਾਚਾ ਤੇਰੇ ਮੂੰਹ ਦੀ ਤਾਰੀਫ ਨਹੀਂ, ਬੰਦਾ ਤੂੰ ਚਵਲੀ। ਤੈਨੂੰ ਵੱਡੇ ਛੋਟੇ ਦੀ ਹਜ਼ਾਰ ਨਹੀਂ ਆ ਚਾਚਾ, ਮੇਰੇ ਕਹਿਣ ਦਾ ਮਤਲਬ ਹੈ ਜਦੋਂ ਸਾਲ 1947 ਚ ਮਰਚਾਂ ਥੋੜੀਆਂ ਨਹੀਂ ਥੋੜੀਆਂ ਮੈਂ ਆਪ ਹੀ ਲਿਆ। ਕਿਉਂ? ਬਹੁਤੀਆਂ ਹੋਣ ਤੇ ਫਿਰ ਤੇਜ਼ ਹੋ ਜਾਂਦੀਆਂ ਨੇ। ਆ ਸਾਹਮਣੇ ਡਾਇਵੋ ਦਾ ਇਹ ਕੌਣ ਆ? ਓਏ ਆਪਣੀ ਬੇਗਮ ਸਾਹਿਬਾ, ਹੋਰ ਕੀ ਸੀ, ਸਨਵੇ ਤੇ ਮਰਨ ਦੀਆਂ ਖਬਰਾਂ ਦਿੰਦੀ। ਇਹ ਨੈਤੀ ਨੂੰ ਕੀ ਹੋ ਗਿਆ? ਦੌਲਤ ਆਈ ਹੈ ਭਾਈ। ਮਿਰਚੇ ਲੱਗੀ ਆ, ਉਹ ਟਿੰਡੇ ਲੱਗੇ ਆ। ਸ਼ਾਦੀ ਉਡਾਸ ਨਾ, ਕੀ ਆਦ ਬਸੰਤ ਹੈ। ਨੈਤੀਆ ਬਸੰਤ ਵੀ ਤੂੰ ਆਪਣੇ ਵਾਂਗੂ ਵਿੰਗੀ ਚ ਵੀ ਮਨਾਉਣੀ ਆ। ਸਟਾਪ ਪਾਪਾ, ਆ ਲੈ, ਇੰਗਲਿਸ਼ ਵੀ ਨਹੀਂ ਬੋਲਣੀ ਆਉਂਦੀ, ਸਟਾਪ ਹੁੰਦਾ। ਲੈ ਓਏ ਅਗਲੀ, ਜਿਵੇਂ ਮਰਜ਼ੀ ਇੰਗਲਿਸ਼ ਬੋਲ ਸਕਦੀ, ਉਹਨੇ ਮਾਸਟਰ ਕੀਤਾ ਹੈ। ਤੇਰੇ ਕੋਈ ਬਹਿਣਾ ਹੋਰ ਤੇ ਪਿੰਡ ਚ ਕੋਈ ਸਿਆਣਾ ਵਾਕਫ ਹੀ ਨਹੀਂ ਮੇਰਾ। ਯੋ ਮਾਲਕ ਟਾਲੀ ਲੋਕ, ਵਾਲਾਂ ਨੂੰ ਕੀ ਕੀਤਾ? ਪੈਸੇ ਆਏ ਖਰੇ, ਕਿੱਥੋਂ ਪੰਪ ਕਰਾ ਕੇ ਆ ਗਏ? ਚਲੋ ਤਾਂ ਬਾਹਰ ਜਾ, ਬਾਹਰ ਜਾ ਕੇ ਦੇਖੋ ਦੇਗੇ ਪੱਕੀ ਹੈ ਕਿ ਨਹੀਂ। ਦੇਗਾਂ ਪੱਕੀਆਂ ਜੋ ਕੋਲਿਆਂ ਦਾ ਕੀ ਕਰਨਾ, ਜਿਹੜਾ ਥੱਲੇ ਨਿਕਲੇ ਦੇਗਾਂ ਨੇ? ਵਾ ਜਾ ਕੇ ਗਰੀਬੋ ਮੇ ਬਾਟ ਦੋ। ਬੰਦਰ ਵੀ ਲੱਗੇ ਨੇ ਤੇ ਕੋਲੇ, ਉਹ ਭੇਜ ਯਾਰ ਮਾਸਟਰ ਨੂੰ ਲੈ ਦੇ। ਉਹ ਗਰੀਬਾਂ 'ਚ ਵੰਡਣੇ, ਯਤੀਮਾਂ 'ਚ ਨਹੀਂ। ਪਾਗਲ ਜਾਣਾ, ਛੱਡ ਚਾਚਾ, ਵੀ ਟਾਈਮ ਲਾਇਆ ਕਰਨ ਦੇ। ਬੰਦੋਬਸਤ ਮੈਂ ਨਹੀਂ ਕੀਤਾ। ਉਹ ਮੈਂ ਆਪ ਲਾਣੀ ਉਲਟ ਬਾਜੀ ਜਿਹੜੀ ਇੰਜ ਨਹੀਂ ਟੱਪ ਕੇ ਪਿੱਛੇ ਲਾਈ ਦੀ।
ਜੀ ਤੁਹਾਡੇ ਕੋਲ ਦੌਲਤ ਆਈ ਹੈ ਤੁਸੀਂ ਤਾਂ ਸਾਡੇ ਵੱਲੋਂ ਮੂੰਹ ਹੀ ਮੋੜ ਲਿਆ। ਕਦੀ ਸਾਨੂੰ ਕੋਲ ਬਿਠਾ ਕੇ ਸਾਡੇ ਸਿਰ ਤੇ ਸ਼ਫਕਤ ਦਾ ਹੱਥ ਰੱਖ ਕੇ ਪੁੱਛਾ ਤੇ ਅਸੀਂ ਤੁਹਾਨੂੰ ਦੱਸੀਏ ਕਿ ਸਾਨੂੰ ਕੀ ਕੀ ਦੁੱਖ ਨੇ। ਅੱਛਾ ਚੱਲ ਆ ਖੁੱਲ ਕੇ ਬਤਾ ਕਿ ਤੁਝੇ ਕੀ ਕੀ ਪ੍ਰੋਬਲਮਸ ਹੈ। ਗੱਲ ਦਰਸਲ ਜੀ ਬੀਬੀ ਜੀ ਇਹ ਕਿ ਜਿਸ ਵੇਲੇ ਮੈਂ ਤੁਹਾਡੇ ਘਰ ਨੌਕਰ ਹੋਇਆ ਮੈਂ ਸੋਚਿਆ ਸੀ ਬੀਬੀ ਜੀ ਇਹ ਕਿੰਨੂੰ ਗੋਡਿਆਂ 'ਚ ਪੈ ਜੇ, ਇੱਕ ਜਿਹਨਾਂ ਦੇ ਗੋਡਿਆਂ 'ਚ ਪੈ ਗਏ ਉਹਨੂੰ ਕੈਂਠੀ ਹੋ ਜਾਂਦਾ ਹੈ ਤੇ ਜਿਹਦੇ ਗੋਡਿਆਂ 'ਚ ਤੂੰ ਬਹਿ ਜੇ ਉਹ ਅਮਰੀਕਾ ਚਲਾ ਜਾਂਦਾ ਹੈ। ਹਾਂ ਤੂੰ ਜਿਹੜਾ ਗੋਡਿਆਂ 'ਚ ਵੀਜ਼ੇ ਲਾਉਣੀ ਹੈ। ਸਾਡੇ ਤੇ ਐਂਟੀ ਕਰਪਸ਼ਨ ਵਾਲੇ ਬਣ ਕੇ ਆ ਜਾਂਦੇ ਹੋ।
ਹੋਰ ਕੋਈ ਕੰਮ ਨਹੀਂ ਕਰੀ ਨਹੀਂ ਚਲਾ ਚਲਾ ਲਾਓ ਸਾਰਾ ਕੁਝ ਲਾਓ ਲਾਓ ਯਾਰ ਤਬੀਅਤ ਠੀਕ ਹੈ ਤੇਰੀ ਐਨੇ ਡਿਆ ਬਦਮਾਸ਼ ਓਏ ਪੱਤੀਆਂ ਲਾ ਚੰਡੀਆਂ ਲਾ ਤੂੰ ਕਮੀਜ਼ ਲਾਉਣ ਲੱਗ ਪਿਆ ਕੋੜੇ ਖਾਣੇ ਨੇ ਆ ਭਲਵਾਨ ਜੀ ਸਾਨੂੰ ਐਵੇਂ ਨਾ ਤੰਗ ਕਰੋ ਜਾ ਕੇ ਮਾਲਕਾਂ ਨਾਲ ਗੱਲ ਕਰੋ ਪਾਪੀ 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 ਚੂਲ ਚੌਧਰੀ ਬਸ਼ੀਰ ਪਾਪੀ ਚੂਲੋ ਓਏ ਹੱਡ ਹਰਾਮੋ ਓਏ ਹਲੇ ਤੱਕ ਖਲੋਤੇ ਹੋਏ ਉਹ ਕੰਮ ਕਿਉਂ ਨਹੀਂ ਕਰਦੇ ਹੋਏ ਇਹਨੂੰ ਪੁੱਛੋ ਜੀ ਕਿੱਦੜ ਦਾ ਮੂੰਹ ਸ਼ਹਿਰ ਵੱਲ ਹੋ ਗਿਆ ਜੇ ਕਿਉਂ ਕੌੜਿਆ ਕੀ ਗੱਲ ਹੈ ਕੀ ਹੋ ਰਿਹਾ ਮਾਸਟਰ ਜੀ ਬਸੰਤ ਮਨਾ ਰਹੇ ਹਾਂ ਬਸੰਤ ਮਨਾਉਂਦਾ ਹੈ ਕੀ ਤਰੀਕਾ ਤੇ ਫਿਰ ਤੂੰ ਦੱਸ ਕੋਈ ਅੰਗਰੇਜ਼ੀ ਤਰੀਕਾ ਉਹਨਾਂ ਸਾਡੀ ਵੀ ਪਾਪੀ ਚੂਲੋ ਹੋ ਜਾਏ ਨਵਾਂ ਤਰੀਕਾ ਦੱਸ ਦਿਓ ਮੇਰੇ ਚੱਲ ਆ ਕੇ ਥੱਲੇ ਲਾ ਲੈਂਦੇ ਆ ਝੰਡੀਆਂ ਜਿਹੜੀਆਂ ਮਾਸਟਰ ਨੂੰ ਹੁੰਦੇ ਗਿੱਟੇ ਨੂੰ ਬੰਨਦੇ ਨੇ ਹੋਰ ਕੋਈ ਨਾ ਕੀ ਤੇਰਾ ਖਾਨਾ ਖਰਾਬ ਹੋ ਉਹ ਲੱਖਾਂ ਰੁਪਏ ਬਸੰਤ ਤੇ ਖਰਚ ਕਰਨ ਡੇ ਹੋ ਇਸ ਮੁਲਕ 'ਚ ਬਿਮਾਰੀ ਮੁੱਕ ਗਈ ਹੈ ਬੇਰੁਜ਼ਗਾਰੀ ਮੁੱਕ ਗਈ ਹੈ ਜਾਂ ਇਸ ਮੁਲਕ ਦਾ ਹਰ ਬੰਦਾ ਆਪਣੀ ਛੱਤ ਥੱਲੇ ਸੌਣ ਲੱਗ ਪਿਆ ਲੈ ਓਏ ਤੂੰ ਲੱਖਾਂ ਦੀ ਗੱਲ ਕਰਨਾ ਮੈਂ ਕਰੋੜਾਂ ਲਾਉਣ ਨੂੰ ਫਿਰਨਾ ਸਹੀ ਲੱਗਣਾ ਹੀ ਕਰੋੜਾਂ ਜੀ ਡਾਕਟਰ ਨੇ ਕਿਹਾ ਕਰੋੜਾਂ ਹੀ ਲੱਗਣਾ ਹੈ ਹੋਸ਼ ਕਰਿਆ ਕਰ ਤੁਹਾਡੇ ਹੱਥੋਂ ਕਰੋੜਾਂ ਲੱਗਣਾ ਜੇ ਨਾ ਕੌੜਿਆ ਓਏ ਅੱਜ ਕੱਲ੍ਹ ਕਿਹਦੀ ਜ਼ਬਾਨ ਬੋਲਣ ਲੱਗ ਪਿਆ ਸਾਡੀ ਕਿਹਦੀ ਜ਼ਬਾਨ ਮਾਸਟਰ ਜੀ ਆ ਗੱਲ ਸੁਣਾ ਕੌੜਿਆ ਸਾਰੀ ਜ਼ਿੰਦਗੀ ਕਰਜ਼ਦਾਰਾਂ ਦੇ ਅੱਗੇ ਦੌੜਿਆ ਜੇ ਅੱਜ ਮੈਨੂੰ ਦੌਲਤ ਮਿਲੀ ਏ ਤੇ ਕਿਉਂ ਨਾ ਕਰਾਂ ਪਾਪੀ ਚੂਲੋ ਮੇਰੀ ਗੱਲ ਫਿਰ ਕੰਨ ਖੋਲ ਕੇ ਸੁਣ ਲਓ ਮੈਂ ਲੱਖਾਂ ਰੁਪਇਆ ਨੇ ਢੋਲਟ ਮੱਕਿਆਂ ਦੇ ਨਹੀਂ ਖਰਚ ਹੁੰਦੇ ਨੇ ਤੇ ਹੋਰ ਤੁਹਾਨੂੰ ਦੇ ਦਈਏ ਹੋਰ ਮਫਰਲ ਖਰੀਦ ਲਓ ਓਏ ਆਹ ਰਾਕੇ ਪਾਸ ਬਦਮਾਸ਼ ਲਓ ਉਹਨੇ 400-500 ਚ ਮੰਨ ਜਾਣਾ ਸਾਰੀ ਜ਼ਿੰਦਗੀ ਤੇਰੀ ਜ਼ਮਾਨਤ ਮੈਂ ਕਰਾਈ ਏ ਮੈਂ ਤੇਰੇ ਸਿਰ ਤੋਂ ਹੱਥ ਚੁੱਕ ਲਿਆ ਤੈਨੂੰ ਕਿਸੇ ਨੇ ਠਾਣਿਓ ਨਹੀਂ ਲੈ ਕੇ ਆਣਾ ਮਾਸਟਰ ਜੀ ਜ਼ਹਿਰਦਾਦੀ ਕਰਕੇ ਸੱਪ ਕੋਲ ਡਰਾਣ ਦੇ ਮੈਨੂੰ ਓਏ ਮੈਨੂੰ ਸੱਪ ਕਹਿਤਾ ਓਏ ਨਿਓਲੇ ਨੂੰ ਸੱਪ ਕਹਿਤਾ ਇਹ ਸੱਚ ਹੈ ਕਿ ਗੱਪ ਕਹਿਤਾ ਇੱਕ ਮਿੰਟ ਠਹਿਰ ਜਾ ਓਏ ਲਾ ਜਿੱਤੇ ਕੀ ਮਾਸਟਰ ਜੀ ਆ ਬੰਦੇ ਅੰਦਰ ਲੰਮਿਆਂ ਪਾ ਲਓ ਇਹਨੂੰ ਵੇਖਿਆ ਤੇਰੇ ਸਾਹਮਣੇ ਉਹ ਕੌੜਾ ਕਿੰਨੀਆਂ ਗੱਲਾਂ ਕਰਕੇ ਗਿਆ ਤੁਹਾਡੇ ਅੱਗੇ ਬੋਲਣ ਲੱਗ ਪਿਆ ਮਾਸਟਰ ਜੀ ਵੇਖੋ ਓਏ ਐਸੀ ਗੱਲ ਨਹੀਂ ਐਸਐਚਓ ਨੂੰ ਪੈਸੇ ਦੇ ਕੇ ਇਹੋ ਜਿਹਾ ਕੇਸ ਪਵਾਵਾਂਗਾ ਸਾਰੀ ਜ਼ਿੰਦਗੀ ਠਾਣਿਆਂ ਨਹੀਂ ਨਿਕਲ ਸਕਦਾ ਵਾਹ ਜੀ ਵਾਹ ਮਾਸਟਰ ਜੀ ਇਹਦੇ ਉੱਤੇ ਤੇ ਕੇਸ ਪਵਾ ਕੇ ਅੰਦਰ ਕਰਾ ਦਿਓਗੇ ਲੇਕਿਨ ਇਹ ਫੀਕੇ ਦੇ ਆਉਣ ਤੋਂ ਪਹਿਲੇ ਚਾਚੇ ਟਾਈਮ ਦਾ ਵੀ ਕੁਝ ਕਰ ਲਓ ਉਹਨੂੰ ਕੀ ਫੌਤ ਹੋ ਗਿਆ ਉਹ ਨਹੀਂ ਚਾਚਾ ਉਹਦੀ ਧੀ ਹੈ ਨਾ ਜਿਹੜੀ ਕੀ ਨਾਂ ਉਹਦਾ ਕੁੜੀ ਦਾ ਉਹ ਨਾ ਫੀਕੇ ਨੂੰ ਅਮਰੀਕਾ ਰੁਕੇ ਲਿਖਦੀ ਹੈ ਤੇ ਫੀਕਾ ਉਹਨੂੰ ਅਮਰੀਕਾ ਤੋਂ ਰੁਕੇ ਲਿਖਦਾ ਹੀ ਐਸੀ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਯਾਨੀ ਜ਼ਮੀਨ ਤੇ ਖਲੋ ਕੇ ਅਸਮਾਨ ਤੋਂ ਤਾਰੇ ਤੋੜਨਾ ਚਾਹੁੰਦੀ ਹਾਂ ਵੇਖੋ ਅਲੀ ਜ਼ਮੀਨ ਤੇ ਧੁੰਮਧਾਰ ਸਿਤਾਰਾ ਫਿਰਨ ਡਿਆ ਉਧਰ ਧਿਆਨ ਹੀ ਨਹੀਂ ਜਾਂਦਾ ਅਜੇ ਕੋਈ ਐਸੀ ਗੱਲ ਨਹੀਂ ਕਰ ਲੈਣਾ ਮੈਂ ਇਸ ਸਪਣੀ ਦੇ ਦੰਦ ਖੱਟੇ ਕਿੱਥੋਂ ਮਿਲਦੀ ਆ ਇਮਲੀ ਐਮਾਜ਼ਾਨ ਤੋਂ ਚੱਲ ਲੱਗੇ ਲੱਗ ਹਾਂ ਮੇਰੀ ਪਲੈਨਿੰਗ ਹੁਣ ਕਾਮਯਾਬ ਹੋਏਗੀ ਇਹ ਫੀਕੇ ਨੂੰ ਸਮਝਾ ਦੇਣਗੇ ਤੇ ਇਹ ਜਿਹੜੀ ਮੂੰਹ ਚੜੀ ਹੈ ਸਿਰਫ ਮੇਰੇ ਕਾਬੂ ਆਏਗੀ ਮਾਸ਼ਾਅੱਲਾ ਭਾਈ ਸਾਹਿਬ ਅਸੀਂ ਨਹੀਂ ਕੁਆਲੀ ਕਰਾਉਣੀ ਅੱਛਾ ਵੇ ਕਿਹੜੀ ਕੁਆਲੀ ਬਸਮੀਜ਼ਾ ਤੁਸੀਂ ਇਹ ਮੇਰੀ ਭੈਣ ਦਾ ਘਰ ਹੈ ਕਿ ਔਠਾ ਜਾਂ ਮੇਰੀ ਤੀਰ ਨਿਭਾਨਾ ਮਾਸ਼ਾਅੱਲਾ ਉੱਤੇ ਛਾਲ ਮਾਰੋ ਕਿੰਨੀ ਦੇਰ ਛਾਲ ਹੀ ਵੱਜੀ ਰਹਿੰਦੀ ਹੈ
ਡਾਂਸ ਮਸਤ ਹੋ ਕੇ ਸਾਰਾ ਪਿੰਡ ਵੇਲਾਂ ਚ ਦੇ ਦਿੱਤਾ।
ਅੱਜ ਕੱਲ ਅਸੀਂ ਉਸੇ ਹੀ ਖੁਸਰੇ ਦੇ ਕਿਰਾਏਦਾਰ। ਹੁਣ ਤਾਂ ਸਾਡੇ ਕੋਲ ਖਾਣ ਲਈ ਵੀ ਕੁਝ ਨਹੀਂ ਹੁੰਦਾ। ਅੱਪਾ ਜੀ ਨਾ ਸ਼ਾਮ ਨੂੰ ਮੰਮੀ ਵਾਲੀ ਕਮੀਜ਼ ਪਾ ਕੇ ਜਾਂਦੇ ਚੌਂਕ 'ਚ ਘੰਟਾ ਕੇ ਨੱਚਦੇ ਨੇ, ਉਹੀ ਸਟੈਪ ਯਾਦ ਕੀਤੇ ਜਿਹੜੇ ਖੁਸਰੇ ਦੇ ਵੇਖੇ ਸੀ ਨਾ ਉਹਨਾਂ ਨੇ, ਉਹ ਜਿਹੜਾ ਬੜਾ ਕਰਦਾ। ਅੱਛਾ ਅੱਪਾ ਜੀ ਨੂੰ ਵੈਸੇ ਵੀ ਉਹ ਦਿਲ ਲੱਗਾ ਉਹ ਸਟੈਪ, ਹੁਣ ਅੱਪਾ ਜੀ ਚੌਂਕ 'ਚ ਘੰਟਾ ਕੇ ਨੱਚਦੇ ਨੇ। ਅਤੇ ਪਿੰਡ ਵਾਲੇ ਨਾ ਸਾਨੂੰ ਅਚਾਰ ਰੋਟੀ ਗੰਡੇ ਦੇ ਦਿੰਦੇ ਨੇ, ਫਿਰ ਹੁਣ ਨਾ ਮੇਰੇ ਅੱਪੇ ਨੂੰ ਸਾਰਾ ਪਿੰਡ ਡਾਂਸਰ ਕਹਿੰਦਾ ਅਤੇ ਖੁਸਰੇ ਨੂੰ ਚੌਧਰੀ ਖੁਸਰਾ ਕਹਿੰਦੇ। ਉਹਨੇ ਉੱਤੇ ਪੱਗ ਰੱਖੀ ਹੁੰਦੀ ਅਤੇ ਇੰਜ ਇੰਜ ਜਾਣ ਡਿਆ ਹੁੰਦਾ। ਉਹਨੂੰ ਤਾਂ ਕੀ ਹਾਲ ਹੈ ਠੀਕ। ਫਿਰ ਮੈਨੂੰ ਕਿਸੇ ਨੇ ਕਿਹਾ ਤੇਰੇ 'ਤੇ ਸਖਤੀ ਹੈ, ਕੋਈ ਸਦਕਾ ਦੇ। ਮੈਂ ਸਦਕਾ ਦਿੱਤਾ, ਮੈਂ ਕਿਹਾ ਚਿੜੀਆਂ ਛਡਾਉਣਾ ਹੁਣ ਜਿਹੜਾ ਸਦਕਾ ਜਾਰੀਆ ਹੁੰਦਾ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਕਿਹਾ 12 ਚਿੜੀਆਂ ਮੇਰੇ ਨਾਂ ਦੀਆਂ ਛੱਡ ਦੇ। ਉਹਨੇ 12 ਚਿੜੀਆਂ ਛੱਡੀਆਂ, ਮੇਰੇ ਕੋਲ 10 ਦੇ ਪੈਸੇ ਨਿਕਲੇ। ਫਿਰ ਸ਼ਾਮ ਤੱਕ ਖਲੋ ਕੇ 2 ਚਿੜੀਆਂ ਫੜ ਕੇ ਵਾਪਸ ਕੀਤੀ। ਕਿਹੜੇ ਪਾਸੇ ਜਾਵਾਂ ਮੈਂ, ਮੰਜੀ ਕਿੱਥੇ ਡਾਵਾਂ, ਇਹੋ ਹੀ ਹਾਲ ਹੁੰਦਾ। ਵਰਕਸ਼ਾਪ 'ਚ ਚੰਗਾ ਭਲਾ ਕੰਮ ਕਰਦਾ ਸਾਂ, ਉੱਥੋਂ ਵੀ ਇੰਜ ਨਿਕਲਿਆ ਕਿ ਉਹ ਮਜ਼ਦੂਰੀ ਕਰਨ ਲੱਗ ਪਿਆ। ਕਿਆ ਮਜ਼ਦੂਰੀ ਕੀ ਤੁਮਨੇ? ਪਾਕ ਦੇਸੀ ਘਿਓ ਵਾਲੇ ਨਹੀਂ, ਉਹਨਾਂ ਦੀ ਫੈਕਟਰੀ 'ਚ ਲੱਗ ਗਿਆ। ਮੈਂ ਕਿਹਾ ਮਜ਼ਦੂਰੀ ਕਰਨੇ, ਉੱਥੋਂ ਮੈਂ ਪੀਪਾ ਚੁੱਕਿਆ, ਉਹਨਾਂ ਨੇ ਮੈਨੂੰ ਮਾਰਿਆ। ਕਿਉਂ? ਮੈਂ ਚੋਰੀ ਚੁੱਕ ਲਿਆ ਸੀ। ਸਹੀ ਮਾਰ ਪੜਦੀ ਤੁਮਨੇ। ਉਹਨਾਂ ਨੇ ਮੈਨੂੰ ਪਛਾਣ ਲਿਆ, ਉਹਨਾਂ ਨੇ ਮਾਰ ਫੈਕਟਰੀ 'ਚੋਂ ਵੀ ਕੱਢ ਦਿੱਤਾ ਅਤੇ ਨੌਕਰੀਆਂ ਵੀ ਜਵਾਬਾਂ ਦੇ ਦਿੱਤਾ। ਅਤੇ ਹੁਣ ਤੂੰ ਮੇਰੇ ਬਾਰੇ 'ਚ ਕੁਝ ਸੋਚ ਲੈ। ਮੇਰੀ ਤਰ੍ਹਾਂ 'ਚ ਵੀ ਜਵਾਬ ਹੈ, ਪਿਛੜੋ। ਕੀ ਮਤਲਬ ਹੈ? ਗਰੀਬ ਹੁਣ ਤੂੰ ਕੀ ਬੈਂਕ 'ਚ ਸੌਂਦੀ? ਗਰੀਬ ਕੀ ਹੈ? ਮੈਂ ਕੀ ਕਹਿ ਦਵਾਂ? ਕਿਆ ਰੁਸਤਮੇ ਸਹਰਾਬ ਸਾਈਕਲ ਵਾਲੇ ਜਿਹੜੇ ਮੇਰੇ ਮਾਸੀ ਦੇ ਪੁੱਤਰ ਨੇ, ਤੇ ਫੇਰ? ਹਾਂ ਫਿਰ ਮੈਂ ਤੁਹਾਡੇ ਸਾਥ ਕਿਸੇ ਪਾਰਕ 'ਚ ਬੈਠ ਕੇ ਚਾਹ ਪੀਣ ਦੇ ਫਖਰ ਮਹਿਸੂਸ ਕਰਾਂ। ਭਾਵੇਂ ਮੇਰੇ 10 12 ਬੱਚੇ ਹੀ ਹੋਣ। ਓ ਨੋ ਪ੍ਰੋਬਲਮ, ਤੁਹਾਡਾ ਕੋਈ ਸਟੇਟਸ ਤਾਂ ਹੋਗਾ ਨਾ? ਇਹਦਾ ਮਤਲਬ ਹੈ ਸਟੇਟਸ ਦੌਲਤ ਨਾਲ ਬਣਦਾ ਹੈ। ਆਫ ਕੋਰਸ। ਤੇ ਦੌਲਤ ਮੈਂ ਸ਼ਾਮ ਤੱਕ ਇੰਨੀ ਇਕੱਠੀ ਕਰ ਲੈਣਾ ਜੈਸੇ ਖੂਨ ਇਕੱਠਾ ਕੀਤਾ ਤਾਂ। ਇਹਨੇ ਨੋਟ ਲੈ ਉਹਨੇ 50 ਰੁਪਏ ਦੇ ਆਉਣੇ ਸਾਰੇ। ਓ ਜੀ ਮਾਸਟਰ ਜੀ, ਅੱਲਾ ਨੇ ਜਿੰਨੀ ਤੁਹਾਨੂੰ ਇੱਜ਼ਤ ਦਿੱਤੀ ਹੈ ਨਾ, ਜਨਾਬ ਤੁਸੀਂ ਇੱਥੇ ਫਿਰਨੇ, ਅੱਜ ਢੋਲ ਲੈ ਕੇ ਚਮੁਰਜੀ ਨਹੀਂ ਬਹਿਣਾ? ਮਾਸਟਰ ਜੀ, ਆ ਤੁਹਾਡੀ ਸ਼ੇਪ ਕੀਤੀ, ਕਿੰਨਾ ਮਜ਼ਾ ਆਇਆ! ਮੈਂ ਨਾ ਮਜ਼ਾ ਆ ਗਿਆ। ਆਪਣੀ ਦੁਕਾਨ ਦਾ ਨਾਂ ਰੱਖ ਕੀ? ਆਈਡੀਅਲ ਹੇਡਰੇਸ਼ਨ। ਜਾ ਰੱਖ K2 ਹੇਡਰੇਸ਼ਨ ਲੂਟਣ ਵਾਲੇ। ਪਾਗਲਾ ਜਿਹੜਾ ਚੋਰੀ ਤੇਲ ਪਵਾਵੇ ਉਹਦੇ 2 ਹੁੰਦੇ। ਚੱਲ ਝੂਟੇ ਦੇ ਹੋਏ ਮਾਸਟਰ ਜੀ, ਹੌਲੀ 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 ਨਾਲ ਕਹਿ, ਪਾਪੀ ਝੂਲ ਲਓ, ਪਾਪੀ ਝੂਲ ਲਓ। ਯਾਰ ਗੱਲ ਸੁਣੋ, ਅੱਲਾ ਨੇ ਏਡੀ ਜੋ ਦੌਲਤ ਦਿੱਤੀ, ਉਹ ਇਹਦਾ ਕੀ ਕਰੀਏ? ਇਹ ਮੇਰੇ ਅਕਾਊਂਟ 'ਚ ਜਮਾਂ ਕਰਾ ਦੇ। ਮਾਸਟਰ ਜੀ, ਅੱਲਾ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ, ਬੜੀ ਰਹਿਮਤ ਹੋਈ, ਬੜੀ ਦੌਲਤ ਦਿੱਤੀ। ਕੀ ਹੋਇਆ? ਉਹ ਕੀ ਹੋਇਆ ਮਾਸਟਰ ਹੁਣੀ ਵਿੱਚ ਹੈ ਨੀ? ਉਹ ਕੀ ਹੋਇਆ, ਇੱਥੋਂ ਇੱਜ਼ਤ ਨਿਕਲਣ ਡਈ? ਅੱਲਾ ਨੇ ਤੁਹਾਨੂੰ ਇੱਜ਼ਤ ਵੀ ਦਿੱਤੀ, ਦੌਲਤ ਵੀ ਦਿੱਤੀ, ਪਿੰਨੀ ਨਹੀਂ ਦਿੱਤੀ। ਮਾਸਟਰ ਜੀ, ਪਹਿਲਾਂ ਕਿਸੇ ਨੇ ਘੁੱਟੀਆਂ ਨੇ? ਨਹੀਂ, ਆ ਘੁੱਟੀ ਘੁੱਟੀ ਲੱਗਣ ਡਈ ਵੇਖੀ ਆ। ਓਏ ਪਾਗਲਾ, ਉਹ ਆਪਣੇ ਨਸੀਬ ਲੈ ਗਿਆ, ਤੂੰ ਆਪਣੇ ਲੱਭ ਲੈ। ਜੇ ਪਿੰਨੀ ਪਸੰਦ ਨਹੀਂ ਆਉਂਦੀ ਤੇ ਆਹ ਮੂੰਹ ਤਾਂ ਕਰਾ ਦੇ। ਮਾਸ਼ਾਅੱਲਾ। ਮਾਸਟਰ ਜੀ, ਮਾਸਟਰ ਜੀ, ਜਿੰਨੀ ਤੁਹਾਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ ਨਾ, ਤੁਸੀਂ ਇਲੈਕਸ਼ਨ ਲੜੋ। ਉਹ ਮੈਨੂੰ ਇਲੈਕਸ਼ਨ ਲੜਨਾ ਹੀ ਨਹੀਂ ਆਉਂਦਾ। ਇਲੈਕਸ਼ਨ ਲੜਨਾ ਕਿਹੜਾ ਔਖਾ ਹੈ? ਪਹਿਲਾਂ ਤੁਸੀਂ ਲੰਬੜਾਂ ਦੇ ਕੁੱਕੜ ਨਾ ਲੜੋ, ਉਹਦੀ ਚੁੰਝ ਤੋੜੋ, ਸਾਰੇ ਵੋਟ ਤੁਹਾਡੇ। ਨਾ ਯਾਰ, ਗੱਲ ਤੇਰੀ ਵੈਸੇ ਵਧੀਆ,
ਭਈ ਇਲੈਕਸ਼ਨ ਵਾਸਤੇ ਤਕਰੀਰ ਕਰਨੀ ਪੈਂਦੀ ਤੇ ਤੁਹਾਨੂੰ ਤਕਰੀਰ ਨਹੀਂ ਹੁੰਦੀ ਮੈਂ ਅੱਜ ਤੱਕ ਨਹੀਂ ਕੀਤੀ ਤਕਰੀਰ ਸਿਖਾ ਦੇਣੇ ਆ ਸਿਖਾ ਦੇ ਤਕਰੀਰ ਇਹਨਾਂ ਲਓ ਜੀ ਸਿੱਧਾ ਸਿੱਧਾ ਹੀ ਬੋਲਣਾ ਜਿਵੇਂ ਆਪ ਬੰਦੇ ਨਾਲ ਗੱਲਾਂ ਕਰੀਏ ਉਹ ਜ਼ਰਾ ਜ਼ੋਰ ਲਾਣਾ ਉੱਥੇ ਅੱਛਾ ਮਸਲ ਕਿਹਾ ਜ਼ਰਾ ਮਾਈਕ ਕਿੱਥੇ ਮਾਈਕ ਦਿਓ ਉਹਨਾਂ ਨੂੰ ਮਾਈਕ ਦਿਓ ਹੈਲੋ 7 ਐਮਐਮ ਅੱਛਾ ਆ ਮਾਈਕ ਫੜਨਾ ਹਾਂ ਐਂ ਸਿੱਧਾ ਕਰਕੇ ਇਧਰੋਂ ਘੋੜਾ ਨੱਪ ਦੇਣਾ ਓਏ ਬਦਤਮੀਜ਼ ਪਹਿਲਾ ਜਲਸਾ ਜਾਨਲੇਵਾ ਸਾਬਤ ਹੋਆ ਇਹ ਖਬਰ ਨਹੀਂ ਲੁਆਣੀ ਅਸੀਂ ਉਹ ਖਾਲੀ ਹੈ ਇਹ ਤਾਂ ਫਰਜ਼ ਕਰਨਾ ਅੱਛਾ ਜੀ ਹਜ਼ਰਤ ਹਜ਼ਰਤ ਆਜ਼ਰਤ ਬਾਦ ਨਮਾਜ਼ ਦੇ ਇਸ਼ਾ ਇਹ ਛਿੱਤਰ ਖਾਣ ਵਾਲੀ ਤਕਰੀਰ ਕਰਨ ਲੱਗੇ ਇਲੈਕਸ਼ਨ ਲੜਨਾ ਕਿ ਤੁਸੀਂ ਜਨਾਜ਼ੇ ਸਹੀ ਕਰਾਉਣੇ ਨੇ ਮਸੀਤਾਂ ਵਾਲੇ ਤਾਂ ਇੰਝ ਹੀ ਕਰਦੇ ਕੋਈ ਮੰਜੀ ਲਿਆਓ ਮੈਂ ਬਹਿ ਜਾ ਚਲੋ ਗਲਤੀ ਹੋ ਗਈ ਯਾਰ ਮੈਨੂੰ ਮੈਨੂੰ ਛਿੱਤਰ ਮਾਰ ਚਲੋ ਵੀ ਮੰਨੋ ਗੱਲ ਬਈ ਮੰਨੋ ਆਹੋ ਤੇ ਐਲਾਨ ਕਰਨਾ ਤੁਸੀਂ ਇਹ ਤਕਰੀਰ ਕਿ ਹਜ਼ਰਤ ਹਜ਼ਰਤ ਮੈਂ ਤੁਹਾਡੇ ਇਲਾਕੇ 'ਚ ਇਲੈਕਸ਼ਨ 'ਤੇ ਖਲੋਤਾ ਮੈਂ ਤੁਹਾਡੇ ਇਲਾਕੇ 'ਚ ਖਲੋਤਾ ਤੁਸੀਂ ਭਾਵੇਂ ਮੇਰੇ ਇਲਾਕੇ 'ਚ ਖਲੋ ਜਾਓ ਨਵਾਂਗਰਾ ਯਾਰ ਇਹ ਇਹਨੂੰ ਨਹੀਂ ਆਉਂਦੀ ਚਲੋ ਤੁਸੀਂ ਕਹੋ ਹਜ਼ਰਤ ਹਜ਼ਰਤ ਮੈਂ ਤੁਹਾਡੇ ਇਲਾਕੇ 'ਚ ਖਲੋਤਾ ਮੈਂ ਤੁਹਾਡੇ ਇਲਾਕੇ 'ਚ ਖਲੋਤਾ ਮੈਨੂੰ 50-50 ਰੁਪਈਏ ਦਿਓ ਕਹਿ ਦਿਓ ਕਹਿ ਦਿਓ ਮੈਨੂੰ 50-50 ਰੁਪਈਏ ਦਿਓ ਮੈਂ ਪੈਂਡਸ ਦਾ ਆਪਰੇਸ਼ਨ ਕਰਾਉਣਾ ਪਾਗਲਾ ਆਪਰੇਸ਼ਨ ਤੇ ਹੋ ਗਿਆ ਹਾਂ ਇਹ ਪੱਥਰੀ ਨਹੀਂ ਨਿਕਲੀ ਯਾਰ ਕੋ ਵਧੀਆ ਗੱਲ ਦੱਸੋ ਯਾਰ ਆਰਾਮ ਨਾਲ ਕਹੋ ਜੀ ਤੁਸੀਂ ਹਜ਼ਰਤ ਹਜ਼ਰਤ ਮੈਂ ਤੁਹਾਡੇ ਮੱਲੇ 'ਚ ਇਲੈਕਸ਼ਨ 'ਤੇ ਖਲੋਤਾ ਮੈਂ ਤੁਹਾਡੇ ਮੱਲੇ 'ਚ ਇਲੈਕਸ਼ਨ 'ਤੇ ਖਲੋਤਾ ਆ ਸਾਹਮਣਾ ਬਾਬਾ ਮੈਨੂੰ ਖਲੋਣ ਨਹੀਂ ਦਿੰਦਾ ਇਹ ਕੀ ਗੱਲ ਹੋਈ ਉਹਨੀ ਉਹਦਾ ਘਰੇ ਨਾ ਉਹਦਾ ਘਰ ਉਹ ਲੜ ਪੈਂਦਾ ਤੁਹਾਡੇ ਨਾਲ ਸਹੀ ਸਿਖਾ ਸਹੀ ਚਲੋ ਜੀ ਬਿਸਮਿਲਲਾ ਸਹੀ ਸਹੀ ਤਕਰੀਰ ਪਹਿਲੇ ਅਗਲਿਆਂ ਨੂੰ ਲਾਲਚ ਦੇਣੀ ਮੱਲੇ ਵਾਲਿਆਂ ਨੂੰ ਠੀਕ ਹਜ਼ਰਤ ਇਹ ਕੀ ਇਹ ਖੜਕਾ ਕੇ ਵੇਖਿਆ ਜਾਂਦਾ ਉਹ ਮੈਂ ਵੇਖਿਆ ਖੜਕਾ ਕੇ ਵੇਂਦੇ ਹੁੰਦੇ ਇਹ ਗੱਲ ਲੰਬੀ ਹੋ ਜਾਣੀ ਮੈਨੂੰ ਰੋਟੀ ਖਵਾ ਦਿਓ ਜਨਾਬ ਹਜ਼ਰਤ ਹਜ਼ਰਤ ਮੈਂ ਤੁਹਾਡੇ ਸਾਹਮਣੇ ਇਲੈਕਸ਼ਨ ਤੇ ਨਹੀਂ ਖਲੋਤਾ ਮੈਂ ਤੁਹਾਡੇ ਸਾਹਮਣੇ ਇਲੈਕਸ਼ਨ ਤੇ ਨਹੀਂ ਖਲੋਤਾ ਮੈਂ ਤੁਹਾਨੂੰ ਆਪਣਾ ਦੁੱਖ ਸੁਣਾਉਣ ਵਾਸਤੇ ਖਲੋਤਾ ਮੈਂ ਤੁਹਾਨੂੰ ਆਪਣਾ ਦੁੱਖ ਸੁਣਾਉਣ ਵਾਸਤੇ ਖਲੋਤਾ ਹਕੂਮਤ ਨੇ ਮੈਨੂੰ ਨੋਟਿਸ ਭੇਜ ਦਿੱਤਾ ਹੈ ਹਕੂਮਤ ਨੇ ਮੈਨੂੰ ਨੋਟਿਸ ਭੇਜ ਦਿੱਤਾ ਕਿ ਤੁਹਾਡਾ ਨੱਕ ਮੂੰਹ ਨਾਲੋਂ ਬਾਹਰ ਹੈ ਅਸੀਂ ਢਾ ਦੇਣਾ ਯਾਰ ਸਿੱਧੇ ਸਿੱਧੇ ਪੈਸੇ ਲਾਓ ਗਰੀਬਾਂ ਦੇ ਕੰਮ ਕਰੋ ਆਪੇ ਮੈਨੂੰ ਗੋਟਾਂ ਪਾਉਣਗੇ ਪੈਸੇ ਲਾਣੇ ਨੇ ਤੇ ਫੇਰ ਤਕਰੀਰ ਕਰਨ ਦੀ ਕੀ ਲੋੜ ਹੈ ਨੇਕੀ ਦਾ ਕੰਮ ਕਰੋ ਕਿਉਂ ਜੀ ਪੈਸੇ ਲਾਈ ਜਾਓ ਪੈਸੇ ਲਾਈ ਜਾਓ ਬਸ ਓਏ ਹਾਂ ਨਹੀਂ ਪਹਿਲੇ ਇਹਨਾਂ ਨੇ ਸੋਚਿਆ ਓਏ ਮੈਂ ਬਚ ਜਾਗਾ ਫੇਰ ਕਿਹਾ ਨਹੀਂ ਓ ਯਾਰ ਗੱਲ ਸੁਣੋ ਤੁਸੀਂ ਪੈਸੇ ਲਾਉਣੇ ਨੇ ਪੈਸੇ ਲਾਉਣ ਲੱਗਾ ਮੈਂ ਇਸ ਤਰ੍ਹਾਂ ਕਰਨੇ ਆ ਜਾ ਤੇ ਪੂਰੀ ਦੁਨੀਆ ਤੋਂ ਵੋਟ ਇਕੱਠੇ ਹੋ ਜਾਣਗੇ ਬਈ ਲਾਹੌਰ ਤੋਂ ਲੈ ਕੇ ਪਿਸ਼ਾਵਰ ਤੱਕ ਜਿਹੜੀ ਮੋਟਰਵੇ ਨਹੀਂ ਬਣੀ ਉਹਨੂੰ ਹਦੇੜ ਕੇ ਨਵੀਂ ਬਣਾਉਣੀ ਕਿੱਥੇ ਇੰਨੇ ਬੰਦੇ ਇਕੱਠੇ ਕਰੋਗੇ ਫਿਰ ਹਦੇੜੋਗੇ ਫਿਰ ਬਣਾਓਗੇ ਆ ਜਿਹੜੀ ਬਣੀ ਹੈ ਨਾ ਆਹੋ ਇਹਦੇ ਤੇ ਛੱਤ ਪਾ ਦਿਓ ਛੱਤ ਪਾਤੀ ਫੇਰ ਤੇ ਥੱਲੇ ਨਹੀਂ ਟ੍ਰੈਫਿਕ ਤੇ ਹਨੇਰਾ ਹੋ ਜਾਏਗਾ ਥੱਲੇ ਵਾਲੀ ਬੰਦ ਕਰ ਦਿਓ ਸਾਰੀ ਟ੍ਰੈਫਿਕ ਛੱਤ ਤੋਂ ਜਾਵੇ ਨਾਲੇ ਟਾਈਮ ਬਚੇਗਾ ਲਓ ਜੀ ਮੇਰੀ ਸਮਝ ਚ ਗੱਲ ਆ ਗਈ ਅੱਛਾ ਜੀ ਬਈ ਗਰੀਬਾਂ ਦਾ ਹੀ ਫਾਇਦਾ ਕਰਨਾ ਨਾ ਆ ਜਿਹੜਾ ਸਾਡਾ ਬਾਹਰ ਸ਼ਟਾਪ ਹੈ ਓਏ ਉੱਥੇ ਹੁੰਦੀ ਬੜੀ ਗਰਮੀ ਚਾਰ ਨਲਕੇ ਲਵਾਉਣੇ ਆ ਠੰਡਾ ਪਾਣੀ ਆਊਗਾ ਗਰੀਬ ਪੀਣਗੇ ਦੁਆਵਾਂ ਦੇਣਗੇ ਸਵਾਬ ਹੋਊਗਾ ਗੋਟਾਂ ਪਾਉਣਗੇ ਤੁਸੀਂ ਸਵਾਬ ਨਹੀਂ ਲਾਉਣਾ ਨਾ ਤੁਹਾਨੂੰ ਗੁਨਾਹ ਹੋਣਾ ਉਹ ਕਿਉਂ ਉਹਦੇ ਤੋਂ ਪਾਣੀ ਠੰਡਾ ਨਿਕਲਣਾ ਇਹਨੇ ਬੱਸਾਂ 'ਚ ਬਾਲਟੀਆਂ ਭਰ ਭਰ ਵੇਚਣੀਆਂ ਤੁਹਾਨੂੰ ਗੁਨਾਹ ਹੋਣਾ ਉਹ ਹੁਣ ਨਹੀਂ ਬੱਸਾਂ 'ਚ ਪਾਣੀ ਵਿਕਦਾ ਉਹ ਖੁਦਾ ਦਾ ਵਾਸਤਾ ਜੇ ਮੈਨੂੰ ਨਾਨ ਪਕੌੜੇ ਮੰਗਾ ਦਿਓ ਇਹ ਕੀ ਬਕਵਾਸ ਹੋ ਰਹੀ ਹੈ
मर गया। ओए अल्लाह लोगों को दौलत दिंदा, उन्हां दी जनानियां रीमा वर्गियां हो जांदियां। ओ मेरी बिल बतौड़ी हो गई। ਜਿੰਨੇ ਅੱਲਾ ਨੇ ਤੁਹਾਨੂੰ ਪੈਸੇ ਦਿੱਤੇ ਨੇ ਹੁਣ ਇਹ ਬੁੱਢੀ ਨਹੀਂ ਬਣਦੀ। ਉਹ ਕੀ ਇਹਦੇ ਨਾਲੋਂ ਤਾਂ 24 ਦੀ ਸਾਈਕਲ ਲੈ ਲਓ ਚੰਗੀ। ਮੈਂ ਸਦਕੇ ਜਾਵਾਂ, ਉਹ ਕਿੱਡਾ ਜ਼ਹੀਨ ਆਦਮੀ, ਮਾਰ ਫੈਰਦੀਆਂ ਨਾਲ ਚਵਲ ਜਈ ਨਾ ਮੈਂ।